ਮੈਂ ਸਾਰੀ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਜਾਂ ਕੋਈ ਨਾਰਾਜ਼, ਜੇ ਮੈਥੋਂ ਕੋਈ ਗਲਤੀ ਹੋਈ ਹੋਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫ਼ੀ ਵੀ ਮੰਗਦਾ, ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰ ਦਈਏ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਅਪੀਲ ਵੀ ਕਰਦਾ, ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨਾਂ ਕਰਕੇ ਅਲੱਗ ਵੀ ਹੋਏ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਆ ਜਾਓ ਆਪਾਂ ਪੰਜਾਬ ਬਚਾਈਏ, ਕੌਮ ਬਣਾਈ ਬਚਾਈਏ, ਪੰਥ ਨੂੰ ਬਚਾਈਏ। ਜੇ ਆਪਾਂ ਇਕੱਠੇ ਹੋਵਾਂਗੇ, ਆਪਾਂ ਸਾਰੇ ਜਿੰਨੇ ਹੈਗੇ ਆ ਨੈਸ਼ਨਲ ਪਾਰਟੀਆਂ ਸਾਰਿਆਂ ਤੋਂ ਮੁਕਾਬਲਾ ਆਪਾਂ ਕਰ ਸਕਾਂਗੇ, ਕਿਉਂਕਿ ਮੈਨੂੰ ਮਾਣ ਹੈ, ਆਪਣੀ ਲੀਡਰਸ਼ਿਪ 'ਤੇ ਮਾਣ ਹੈ, ਆਪਣੇ ਵਰਕਰਾਂ 'ਤੇ ਮਾਣ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਿਸੇ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਹੈ। ਸਾਡੀ ਪਾਰਟੀ ਵਿੱਚ ਉਹ ਜਿਹੇ ਯੋਧੇ ਹੈ ਜਿਹੜੇ 15-15 ਸਾਲਾਂ ਜੇਲ੍ਹਾਂ ਕੱਟੀਆਂ, ਅੱਜ ਕੱਲ੍ਹ ਘੰਟਾ ਧੁੱਪੇ ਨਹੀਂ ਖੜ ਸਕਦੇ, ਅਤੇ ਆ ਉਹ ਪਾਰਟੀ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪ ਜਿੱਥੇ ਵੀ ਕੋਈ ਕਾਲ ਆਉਂਦੀ ਹੈ ਪਾਰਟੀ ਦੀ ਅੱਗੇ ਆਏ ਹੈ। ਸੋ ਅੱਜ ਮੈਂ ਵਿਸ਼ਵਾਸ ਦਿਵਾਉਣਾ, ਸਾਰੇ ਪਰਿਵਾਰ ਜਿਹੜਾ ਸਾਥੋਂ ਅਲੱਗ ਹੋਇਆ ਸੀ ਆਇਆ, ਉਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ, ਤੁਹਾਨੂੰ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ, ਪਹਿਲੇ ਵੀ ਸੀ ਹੁਣ ਵੀ ਹੋ, ਅਤੇ ਤੁਹਾਨੂੰ ਪੂਰਾ ਮਾਣ ਸਤਿਕਾਰ ਤੁਹਾਨੂੰ ਦਿੱਤਾ ਜਾਊਗਾ। ਇੱਕ ਨਾਲੇ ਇੱਕ ਹੋਰ ਗੱਲ ਹੈ, ਅਕਾਲੀ ਦਲ ਨੂੰ ਅਸੀਂ ਇੱਕ ਪਰਿਵਾਰ ਹੀ ਸਮਝਦੇ ਹਾਂ, ਕਿਤੇ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਹਾਂ ਜਾਂ ਕੋਈ ਲੀਡਰ ਹੈ, ਆਪਾਂ ਸਾਰੇ ਪਰਿਵਾਰ ਹੈ। ਆ ਪਰਿਵਾਰ ਮੰਗੂ ਹੀ ਆਪਾਂ ਆਪਣੇ ਪਰਿਵਾਰ ਨੂੰ ਤਗੜਾ ਕਰੀਏ ਅਤੇ ਪੰਜਾਬ ਨੂੰ ਤਗੜਾ ਕਰੀਏ। ਤਾਂ ਅੱਜ ਸਾਡੇ ਵਾਸਤੇ ਅਤੇ ਖਾਸ ਕਰਕੇ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਬਜ਼ੁਰਗ ਜਿਨ੍ਹਾਂ ਦਾ ਸਿਰ 'ਤੇ ਹੱਥ ਨਵਾਂ ਆਊਗਾ ਸਾਡੇ 'ਤੇ ਰੱਖਣਗੇ, ਅਤੇ ਆ ਸਾਰੀ ਸਮੁੱਚੀ ਟੀਮ ਨੂੰ ਗਾਈਡ ਕਰਨਗੇ। ਅਤੇ ਮੈਂ ਪਰਮਿੰਦਰ ਜੀ ਦਾ ਵੀ ਧੰਨਵਾਦ ਕਰਦਾ, ਉਹਨਾਂ ਦੀ ਬੜੀ ਵੱਡੀ ਯੋਗਦਾਨ ਰਹੀ ਹੈ, ਮੇਰੇ ਤਾਂ ਬਹੁਤ ਭਰਾਵਾਂ ਵਾਂਗੂ ਹੈ, ਬੜੇ ਸਤਿਕਾਰ ਹੈ, ਇੱਕ ਨੇਕ ਇਨਸਾਨ ਹੈ, ਉਹਨਾਂ ਨਾਲ ਵੀ ਜੀਅਨ ਕਹਿਣਾ। ਅਤੇ ਬਾਕੀ ਸਾਰੀ ਉਹਨਾਂ ਦੀ ਟੀਮ ਜਿੰਨੇ SGPC ਮੈਂਬਰ ਆਏ ਆ, ਡਿਸਟ੍ਰਿਕਟ ਪ੍ਰੈਜੀਡੈਂਟ ਆਏ, ਉਹਨਾਂ ਦੇ ਵੱਖ ਵੱਖ ਅਹੁਦੇਦਾਰ ਆਏ ਹੈ, ਵੱਖ ਵੱਖ ਇਹਨਾਂ ਦੀ ਯੂਨਿਟ ਦੇ ਮੈਂਬਰ, ਮੈਂ ਦੇਖਿਆ ਯੂਨੈਨਮਸਲੀ ਸਾਰੇ ਇਕੱਠੇ ਹੈ, ਇੱਕ ਆਵਾਜ਼ ਥੱਲੇ, ਇੱਕ ਝੰਡੇ ਥੱਲੇ ਸਾਰੇ ਇਕੱਠੇ ਹੈ। ਮੈਂ ਕਹਿੰਦਾ ਅੱਜ ਦੇ ਬਾਅਦ ਅਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਨਾਲ ਮੈਦਾਨੇ ਜੰਗ 'ਚ ਆਊਗਾ। ਮੈਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ। ਮੈਂ ਸਾਰੀ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਜਾਂ ਕੋਈ ਨਾਰਾਜ਼, ਜੇ ਮੈਥੋਂ ਕੋਈ ਗਲਤੀ ਹੋਈ ਹੋਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫ਼ੀ ਵੀ ਮੰਗਦਾ, ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰ ਦਈਏ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਅਪੀਲ ਵੀ ਕਰਦਾ, ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨਾਂ ਕਰਕੇ ਅਲੱਗ ਵੀ ਹੋਏ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਆ ਜਾਓ ਆਪਾਂ ਪੰਜਾਬ ਬਚਾਈਏ, ਕੌਮ ਬਣਾਈ ਬਚਾਈਏ, ਪੰਥ ਨੂੰ ਬਚਾਈਏ। ਜੇ ਆਪਾਂ ਇਕੱਠੇ ਹੋਵਾਂਗੇ, ਆਪਾਂ ਸਾਰੇ ਜਿੰਨੇ ਹੈਗੇ ਆ ਨੈਸ਼ਨਲ ਪਾਰਟੀਆਂ ਸਾਰਿਆਂ ਤੋਂ ਮੁਕਾਬਲਾ ਆਪਾਂ ਕਰ ਸਕਾਂਗੇ, ਕਿਉਂਕਿ ਮੈਨੂੰ ਮਾਣ ਹੈ, ਆਪਣੀ ਲੀਡਰਸ਼ਿਪ 'ਤੇ ਮਾਣ ਹੈ, ਆਪਣੇ ਵਰਕਰਾਂ 'ਤੇ ਮਾਣ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਿਸੇ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਹੈ। ਸਾਡੀ ਪਾਰਟੀ ਵਿੱਚ ਉਹ ਜਿਹੇ ਯੋਧੇ ਹੈ ਜਿਹੜੇ 15-15 ਸਾਲਾਂ ਜੇਲ੍ਹਾਂ ਕੱਟੀਆਂ, ਅੱਜ ਕੱਲ੍ਹ ਘੰਟਾ ਧੁੱਪੇ ਨਹੀਂ ਖੜ ਸਕਦੇ, ਅਤੇ ਆ ਉਹ ਪਾਰਟੀ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪ ਜਿੱਥੇ ਵੀ ਕੋਈ ਕਾਲ ਆਉਂਦੀ ਹੈ ਪਾਰਟੀ ਦੀ ਅੱਗੇ ਆਏ ਹੈ। ਸੋ ਅੱਜ ਮੈਂ ਵਿਸ਼ਵਾਸ ਦਿਵਾਉਣਾ, ਸਾਰੇ ਪਰਿਵਾਰ ਜਿਹੜਾ ਸਾਥੋਂ ਅਲੱਗ ਹੋਇਆ ਸੀ ਆਇਆ, ਉਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ, ਤੁਹਾਨੂੰ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ, ਪਹਿਲੇ ਵੀ ਸੀ ਹੁਣ ਵੀ ਹੋ, ਅਤੇ ਤੁਹਾਨੂੰ ਪੂਰਾ ਮਾਣ ਸਤਿਕਾਰ ਤੁਹਾਨੂੰ ਦਿੱਤਾ ਜਾਊਗਾ। ਇੱਕ ਨਾਲੇ ਇੱਕ ਹੋਰ ਗੱਲ ਹੈ, ਅਕਾਲੀ ਦਲ ਨੂੰ ਅਸੀਂ ਇੱਕ ਪਰਿਵਾਰ ਹੀ ਸਮਝਦੇ ਹਾਂ, ਕਿਤੇ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਹਾਂ ਜਾਂ ਕੋਈ ਲੀਡਰ ਹੈ, ਆਪਾਂ ਸਾਰੇ ਪਰਿਵਾਰ ਹੈ। ਆ ਪਰਿਵਾਰ ਮੰਗੂ ਹੀ ਆਪਾਂ ਆਪਣੇ ਪਰਿਵਾਰ ਨੂੰ ਤਗੜਾ ਕਰੀਏ ਅਤੇ ਪੰਜਾਬ ਨੂੰ ਤਗੜਾ ਕਰੀਏ। ਤਾਂ ਅੱਜ ਸਾਡੇ ਵਾਸਤੇ
ਅਤੇ ਖਾਸ ਕਰਕੇ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਬਜ਼ੁਰਗ ਜਿਨ੍ਹਾਂ ਦਾ ਸਿਰ 'ਤੇ ਹੱਥ ਨਵਾਂ ਆਊਗਾ ਸਾਡੇ 'ਤੇ ਰੱਖਣਗੇ ਅਤੇ ਆ ਸਾਰੀ ਸਮੁੱਚੀ ਟੀਮ ਨੂੰ ਗਾਈਡ ਕਰਨਗੇ। ਅਤੇ ਮੈਂ ਪਰਮਿੰਦਰ ਜੀ ਦਾ ਵੀ ਧੰਨਵਾਦ ਕਰਦਾ, ਉਹਨਾਂ ਦੀ ਬੜੀ ਵੱਡੀ ਯੋਗਦਾਨ ਰਹੀ ਹੈ, ਮੇਰੇ ਤਾਂ ਬਹੁਤ ਭਰਾਵਾਂ ਵਾਂਗੂ ਹੈ, ਬੜੇ ਸਤਿਕਾਰ ਹੈ, ਇੱਕ ਨੇਕ ਇਨਸਾਨ ਹੈ, ਉਹਨਾਂ ਨਾਲ ਵੀ ਜੀਅਨ ਕਹਿਣਾ। ਅਤੇ ਬਾਕੀ ਸਾਰੀ ਉਹਨਾਂ ਦੀ ਟੀਮ ਜਿੰਨੇ ਐੱਸ ਜੀ ਪੀ ਸੀ ਮੈਂਬਰ ਆਏ ਆ, ਡਿਸਟ੍ਰਿਕਟ ਪ੍ਰੈਜੀਡੈਂਟ ਆਏ, ਉਹਨਾਂ ਦੇ ਵੱਖ ਵੱਖ ਅਹੁਦੇਦਾਰ ਆਏ ਹੈ, ਵੱਖ ਵੱਖ ਇਹਨਾਂ ਦੀ ਯੂਨਿਟ ਦੇ ਮੈਂਬਰ, ਮੈਂ ਦੇਖਿਆ ਯੂਨੈਨਮਸਲੀ ਸਾਰੇ ਇਕੱਠੇ ਹੈ, ਇੱਕ ਆਵਾਜ਼ ਥੱਲੇ, ਇੱਕ ਝੰਡੇ ਥੱਲੇ ਸਾਰੇ ਇਕੱਠੇ ਹੈ। ਮੈਂ ਕਹਿੰਦਾ ਅੱਜ ਦੇ ਬਾਅਦ ਅਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਨਾਲ ਮੈਦਾਨੇ ਜੰਗ 'ਚ ਆਊਗਾ। ਮੈਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ।